ਸਾਡੇ ਫਿਰ ਵੀ ਜਦੋਂ ਵੀ ਡਰਾਈਵਰ ਇਹੋ ਜਿਹੇ ਐਕਸੀਡੈਂਟ ਹੁੰਦੇ ਨਾ ਤਾਂ ਡਰਾਈਵਰ ਅਖਬਾਰਾਂ ਦੇ ਵਿੱਚ ਆਉਂਦਾ ਮੌਕੇ ਤੋਂ ਫਰਾਰ ਹੋ ਗਿਆ ਫਰਾਰ ਹੋ ਗਿਆ ਡਰਾਈਵਰ ਮੌਕੇ ਤੋਂ ਫਰਾਰ ਕਿਉਂ ਹੋਇਆ ਉਹ ਡਰਾਈਵਰ ਮੇਰੀ ਮਦਦ ਕਰਨਾ ਚਾਹੁੰਦਾ ਜੀ ਉਹ ਮੈਨੂੰ ਹਸਪੀਟਲ ਵੀ ਲੈ ਕੇ ਜਾਣਾ ਚਾਹੁੰਦਾ ਜੀ ਜੇ ਉਹ ਉੱਥੇ ਰੁਕਦਾ ਉਹ ਭਜਦਾ ਦੱਸਾ ਕਿਉਂ ਹੈ ਉਹਨੂੰ ਇਸ ਗੱਲ ਦਾ ਡਰ ਹੈ ਜੇ ਮੈਂ ਇੱਥੇ ਰੁਕ ਗਿਆ ਲੋਕਾਂ ਦੀ ਭੀੜ ਖੜਾ ਹੋ ਗਈ ਤਾਂ ਲੋਕਾਂ ਨੇ ਮੈਨੂੰ ਕੁੱਟ ਕੁੱਟ ਕੇ ਮਾਰ ਦੇਣਾ ਬਿਲਕੁਲ ਅਕਸਰ ਉਹ ਐਕਸੀਡੈਂਟ ਤੋਂ ਨਹੀਂ ਡਰ ਕੇ ਭੱਜਿਆ ਸਹੀ ਹੈ ਉਹ ਲੋਕਾਂ ਦੇ ਛਿੱਤਰਾਂ ਦੇ ਡਰ ਤੋਂ ਭੱਜਿਆ ਸਗੋਂ ਮੈਨੂੰ ਅਗਰ ਹਸਪੀਟਲ ਲੈ ਕੇ ਜਾਂਦਾ ਤਾਂ ਕੋਈ ਐਫ ਆਈ ਆਰ ਦਰਜ ਵੀ ਹੁੰਦੀ ਹੈ ਉਹ ਬਚ ਵੀ ਸਕਦਾ ਸੀਗਾ ਕਿਉਂਕਿ ਉਹਨੂੰ ਮੈਂ ਸਮੇਂ ਤੇ ਲੈ ਗਿਆ ਹਸਪੀਟਲ ਹੁਣ ਉੱਥੇ ਪਤਾ ਨਹੀਂ ਕਿੰਨਾ ਟਾਈਮ ਪਿਆ ਰਹੂਗਾ ਕੋਈ ਐਂਬੂਲੈਂਸ ਸਭ ਤੋਂ ਪਹਿਲਾਂ ਤਾਂ ਡਰਾਈਵਰ ਹੀ ਨੇੜੇ ਆ ਉਹਦੇ ਸਭ ਤੋਂ ਜ਼ਿਆਦਾ ਡਰਾਈਵਰ ਨੇੜੇ ਤੇ ਬਹੁਤ ਸਾਰੇ ਡਰਾਈਵਰ ਚੱਕ ਕੇ ਲੈ ਕੇ ਵੀ ਜਾਂਦੇ ਉਹ ਬੰਦੇ ਦੀ ਜਾਨ ਵੀ ਬਚ ਜਾਂਦੀ ਆ ਜੀ ਹੁਣ ਮੈਂ ਤਾਂ ਛਿੱਤਰਾਂ ਦੇ ਡਰ ਤੋਂ ਭੱਜ ਕੇ ਚਲੇ ਗਿਆ ਲਿਜਾਣ ਵਾਲੀ ਵੀਡੀਓ ਬਣਾਉਣ ਲੱਗ ਗਿਆ ਉਹਨੂੰ ਲੈ ਕੇ ਜਿੰਨ ਹੋ ਸਕਦਾ ਸੀ ਉਹ ਡਰਾਈਵਰ ਲੈ ਕੇ ਜਾਂਦਾ ਤੇ ਬਚ ਜਾਂਦਾ ਜੀ ਉਹ ਬਚ ਜਾਂਦਾ ਤਾਂ ਉਹਦੇ ਤੇ ਕੋਈ ਐਫ ਆਈ ਆਰ ਵੀ ਦਰਜ ਨਾ ਹੁੰਦੀ ਹੁਣ ਉਹ ਡਰਾਈਵਰ ਭੱਜ ਗਿਆ ਵਿਚਾਰਾ ਛਿੱਤਰਾਂ ਦੇ ਡਰ ਤੋਂ ਹੁਣ ਉਹਦੇ ਤੇ ਕੇਸ ਪੈਂਦਾ ਹਿੱਟ ਐਂਡ ਰਨ ਹਿੱਟ ਐਂਡ ਰਨ ਮਾਰਿਆ ਤੇ ਦੌੜ ਗਿਆ ਇੱਥੇ ਡਰਾਈਵਰ ਵੀਰਾਂ ਦਾ ਮੈਂ ਕਸੂਰ ਨਹੀਂ ਹੈਗਾ ਇਹ ਸਾਡਾ ਮਾਨਸਿਕ ਪੱਧਰ ਹੈ ਬਹੁਤ ਸਾਰੇ ਡਰਾਈਵਰ ਵੀਰ ਹੁਣ ਇੱਕ ਬੱਸ ਚੱਲ ਰਹੀ ਆ ਜੀ ਬੱਸ ਦੇ ਵਿੱਚ 52 ਸਵਾਰੀਆਂ ਬੈਠੀਆਂ ਨੇ ਜੀ ਬੱਸ ਆਪਦੀ ਤੈਅ 80 ਦੀ ਸਪੀਡ ਲਿਮਿਟ ਤੇ ਚੱਲ ਰਹੀ ਆ ਜੀ ਬੱਸ ਦੇ ਵਿੱਚ 52 ਸਵਾਰੀਆਂ ਬੈਠੀਆਂ ਨੇ ਮੈਂ ਭੱਜ ਕੇ ਰੋਡ ਨੂੰ ਕ੍ਰੋਸ ਕੀਤਾ ਜੀ ਹੁਣ ਉਹ ਬੱਸ ਚਾਲਕ ਦੇ ਕੋਲ ਮਿਲੀ ਸੈਕਿੰਡਾਂ ਦਾ ਸਮਾਂ ਜੀ ਬੱਸ ਚਾਲਕ ਨੇ ਇਹ ਦੇਖਣਾ ਅਗਰ ਉਹ ਮੈਨੂੰ ਬਚਾਉਂਦਾ ਜੀ ਉਹਨੂੰ ਕੱਟ ਮਾਰ ਕੇ ਆਪਦੀ ਬੱਸ ਇਧਰ ਉਧਰ ਲੈ ਜਾਣੀ ਪਊਗੀ ਕੱਟ ਮਾਰੇਗਾ ਕਿਸੇ ਦਰਖਤ 'ਚ ਜਾ ਕੇ ਵੱਜੇਗੀ ਖੱਡ ਦੇ ਵਿੱਚ ਪਲਟ ਜਾਏਗੀ ਜਾਂ ਕਿਸੇ ਹੋਰ ਵਹੀਕਲ ਦੇ ਵਿੱਚ ਜਾ ਕੇ ਵੱਜੇਗੀ ਜੀ ਤਾਂ ਗੱਡੀ ਸਪੀਡ ਦੇ ਵਿੱਚ ਚੱਲ ਰਹੀ ਹੈ ਇਕੱਲੇ ਮੈਨੂੰ ਬਚਾਉਣ ਖਾਤਰ ਉਹ ਅਗਰ ਉਹ ਮੈਨੂੰ ਬਚਾਉਂਦਾ ਤਾਂ 52 ਸਵਾਰੀਆਂ ਦੇ ਵਿੱਚੋਂ ਬਹੁਤ ਜ਼ਿਆਦਾ ਇਹਦੀ ਡੈਥ ਵੀ ਹੁੰਦੀ ਹੈ ਤੇ ਜ਼ਖਮੀ ਤਾਂ ਸਾਰੇ ਹੀ ਹੁੰਦੇ ਨੇ ਹੁਣ ਉਹਦੇ ਕੋਲ ਡਿਸੀਜਨ ਹੈ ਜਾਂ ਤਾਂ ਮੈਨੂੰ ਬਚਾਏਗਾ ਜਾਂ ਉਹ 52 ਸਵਾਰੀਆਂ ਨੂੰ ਬਚਾਏਗਾ ਹੁਣ ਉੱਥੇ ਉਹਦੇ ਕੋਲ ਡਿਸੀਜਨ ਇਹ ਹੁੰਦਾ ਯਾਰ ਚਲੋ ਬ੍ਰੇਕ ਵੀ ਲਾਉਂਦਾ ਵਿਚਾਰਾ ਪਰ ਵਹੀਕਲ ਸਪੀਡ ਦੇ ਵਿੱਚ ਹੁੰਦਾ ਵਹੀਕਲ ਨੂੰ ਵੀ ਰੁਕਣ ਲਈ ਟਾਈਮ ਚਾਹੀਦਾ ਹੁੰਦਾ ਉਹ ਟਾਈਮ ਹੁੰਦਾ ਹੀ ਨਹੀਂ ਅਸੀਂ ਅਚਾਨਕ ਭੱਜ ਕੇ ਅੱਗੇ ਆ ਜਾਂਦੇ ਹਾਂ ਬ੍ਰੇਕ ਵੀ ਮਾਰਦਾ ਸਾਰਾ ਕੁਝ ਹੁੰਦਾ ਕੱਟ ਵੀ ਮਾਰਦਾ ਪਰ ਗੱਡੀ ਕੰਟਰੋਲ ਨਹੀਂ ਹੁੰਦੀ ਡਰਾਈਵਰ ਵੀਰ ਤਾਂ ਕੁੱਤੇ ਵੀ ਬਚਾਉਂਦੇ ਆ ਛੋਟਾ ਗੁੱਲਰ ਵੀ ਆ ਜੇ ਕੁੱਤਾ ਵੀ ਆ ਜੇ ਉਹਦੇ ਤੋਂ ਵੀ ਬਚਾਉਣ ਦੀ ਕੋਸ਼ਿਸ਼ ਕਰਦੇ ਆ ਪਰ ਕਈ ਵਾਰ ਕੀ ਹੁੰਦਾ ਬੰਦੇ ਦੇ ਹੱਥ ਦੇ ਵਿੱਚ ਕੁਝ ਰਹਿ ਹੀ ਨਹੀਂ ਜਾਂਦਾ ਅਸੀਂ ਅਚਾਨਕ ਅੱਗੇ ਆ ਜਾਂਦੇ ਹੁਣ ਉਹਨੇ 52 ਸਵਾਰੀਆਂ ਨੂੰ ਬਚਾਉਣ ਖਾਤਰ ਮੈਨੂੰ ਮਾਰਨਾ ਸਹੀ ਸਮਝਿਆ ਸਹੀ ਜੇ ਮੈਨੂੰ ਬਚਾਉਂਦਾ ਤਾਂ 52 ਸਵਾਰੀਆਂ ਜਾਂਦੀਆਂ ਪਰ ਹੁਣ ਇਹਦੇ ਵਿੱਚ ਸਵਾਰੀਆਂ ਬੈਠੀਆਂ ਇਹ ਕਹਿਣਗੀਆਂ ਡਰਾਈਵਰ ਵੀਰ ਦੀ ਗਲਤੀ ਹੈ ਬੱਸ ਜ਼ਿਆਦਾ ਭਜਾ ਰਿਹਾ ਸੀ ਅਕਸਰ ਹੀ ਜਦੋਂ ਬੱਸਾਂ ਦੇ ਐਕਸੀਡੈਂਟ ਹੁੰਦੇ ਨੇ ਸਵਾਰੀਆਂ ਦੇ ਵਿਊ ਲਈ ਜਾਂਦੇ ਆ ਤੇ ਸਵਾਰੀਆਂ ਕਹਿੰਦੀਆਂ ਨੇ ਜੀ ਬੱਸ ਤੇਜ਼ ਬੜੀ ਸੀਗੀ ਇਦਾਂ ਬੱਸ ਤੇਜ਼ ਬੜੀ ਉਹ ਭਲੇ ਉਹ ਲੋਕੋ ਉਹਨੇ ਤੁਹਾਡੀ ਜਾਨ ਬਚਾਈ ਆ ਉਹ ਸਕਦਾ ਸੀਗਾ ਮੈਨੂੰ ਬਚਾ ਸਕਦਾ ਸੀਗਾ ਪਰ ਉਹ ਤੁਹਾਨੂੰ ਬਚਾਉਣ ਖਾਤਰ ਉਹਨੇ ਮੈਨੂੰ ਮਾਰਤਾ ਸਹੀ ਆ ਜੇ ਮੈਨੂੰ ਬਚਾਉਂਦਾ ਤਾਂ ਫਿਰ ਤੁਸੀਂ ਨਹੀਂ ਰਹਿੰਦੇ ਸੀਗੇ ਸਹੀ ਆ ਇਸ ਕਰਕੇ ਮੈਂ ਪਹਿਲਾਂ ਵੀ ਕਹਿੰਦਾ ਸਾਡੇ ਡਰਾਈਵਰ ਵੀਰ ਸਾਡੇ ਦੇਸ਼ ਦੀ ਰੀੜ ਦੀ ਹੱਡੀ ਨੇ ਸਾਡੇ ਡਰਾਈਵਰ ਵੀਰਾਂ ਦੀ ਇੱਜ਼ਤ ਕਰੋ ਬਹੁਤ ਇੱਕ ਤਾਂ ਇਹਨਾਂ ਦੀ ਤਨਖਾਹ ਥੋੜੀ ਤਨਖਾਹ ਸਭ ਤੋਂ ਘੱਟ ਡਰਾਈਵਰ ਦੀ ਤਨਖਾਹ ਹੈ ਜੀ ਉਸ ਤੋਂ ਬਾਅਦ ਥੋੜੀ ਜੀ ਮੈਂ ਸੰਕੋਚ ਨਹੀਂ ਕਰਾਂਗਾ ਇੱਜ਼ਤ ਵੀ ਘੱਟ ਹੈ ਜੇ ਸਾਡੇ ਡਰਾਈਵਰ ਵੀਰ ਥੋੜਾ ਟਾਈਮ ਵੀ ਬੈਠ ਜਾਣ ਤਾਂ ਮੇਰੇ ਸਾਹਮਣੇ ਜਿਹੜੀ 100 ਦੀ ਚੀਜ਼ ਉਹ 500 ਦੀ ਵਿਕੂਗੀ ਇਸ ਕਰਕੇ ਵੀਰ ਡਰਾਈਵਰ ਵੀਰ ਸਾਡੇ ਰੀੜ ਦੀ ਹੱਡੀ ਨੇ ਇੱਥੇ ਚੀਜ਼ ਸਮਝੋ ਮੈਨੂੰ ਉਸ ਬੱਸ ਡਰਾਈਵਰ ਮੈਨੂੰ ਬਚਾ ਸਕਦਾ ਪਰ 52 ਸਵਾਰੀਆਂ ਮਾਰੂਗਾ ਤਾਂ ਮੈਨੂੰ ਬਚਾਊਗਾ ਇਹ ਚੀਜ਼ ਨੂੰ ਸਮਝੋ ਹੁਣ ਇਹਦੇ ਵਿੱਚ ਵੇਖੋ ਡਰਾਈਵਰ ਵੀਰ ਦੀ ਗਲਤੀ ਕੀ ਹੈ ਮੈਂ ਭੱਜ ਕੇ ਬੱਸ ਵੱਲੇ ਆਇਆ ਨਾ ਕਿ ਬੱਸ ਮੇਰੇ ਵੱਲੇ ਭੱਜ ਕੇ ਆਈ ਸਹੀ ਹੈ ਰੇਲ ਦੀ ਪਟੜੀ ਵਾਂਗੂ ਰੋਡ 'ਤੇ ਆਪਦੀ ਬੱਸ ਆਪਦੀ ਰੋਡ 'ਤੇ ਆਪਦੀ ਸਹੀ ਸਪੀਡ 'ਤੇ ਆਪਦੀ ਲਾਈਨ ਦੇ ਵਿੱਚ ਆ ਰਹੀ ਹੈ ਮੈਂ ਬੱਸ ਵੱਲੇ ਗਿਆ ਬੱਸ ਮੇਰੇ ਵੱਲੇ ਨਹੀਂ ਆਈ ਇਸ ਚੀਜ਼ ਨੂੰ ਸਮਝੋ ਮੇਰੇ ਦਰਸ਼ਕ ਵੀਰੋ ਇਸ ਚੀਜ਼ ਨੂੰ ਸਮਝੋ ਡਰਾਈਵਰ ਵੀਰਾਂ ਦੀ ਇੱਜ਼ਤ ਕਰੋ ਇਹੋ ਜਿਹੀ ਕੋਈ ਗੱਲਬਾਤ ਹੋ ਜਾਂਦੀ ਹੈ ਇਹ ਦੇਖੋ ਗਲਤੀ ਕੀ ਦੀ ਹੈਗੀ ਜਾਂ ਕੀ ਦੀ ਨਹੀਂ ਹੈਗੀ ਇਸ ਕਰਕੇ ਸਾਡੇ ਜਿਹੜੇ ਵੀ ਇੱਕ ਇਹੋ ਜਿਹੇ ਐਕਸੀਡੈਂਟ ਹੁੰਦੇ ਨੇ ਤਾਂ ਉੱਥੋਂ ਜਿਹੜਾ ਵਹੀਕਲ ਚਾਲਕ ਹੈ ਉਹ ਤਾਂ ਕਰਕੇ ਪੈਂਦਾ ਕਿਉਂਕਿ ਉਹਨੂੰ ਡਰ ਹੈ ਕਿ ਮੈਨੂੰ ਲੋਕ ਕੁੱਟ ਕੁੱਟ ਕੇ ਜਿਹੜਾ ਹੈਗਾ ਉਹ ਮਾਰ ਮਾਰ ਦੇਣ ਹਾਂ